ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਪੰਜਾਬੀ ਮੂਵੀ ਕੁੜੀ ਹਰਿਆਣੇ ਵਾਲ ਦੀ OTT ਅਪਡੇਟ ਐਂਡ ਕਿੱਥੇ ਲੀਕ ਹੋਈ ਆ ਪੂਰੀ ਜਾਣਕਾਰੀ ਲੈ ਕੇ ਹਾਜ਼ਰ ਹੋਏ ਆ। ਵੀਡੀਓ ਨੂੰ ਪੂਰਾ ਵੇਖਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਗੱਲ ਕਰੀਏ ਮੂਵੀ ਬਾਰੇ, ਇਸ ਮੂਵੀ ਦੇ ਵਿੱਚ ਐਮੀ ਵਿਰਕ, ਸੋਨਮ ਬਾਜਵਾ, ਯੋਗਰਾਜ ਸਿੰਘ, ਹਰਦੀਪ ਗਿੱਲ, ਅਜੇ ਹੁੱਡਾ, ਯਸ਼ਪਾਲ ਸ਼ਰਮਾ, ਹਨੀ ਮੱਟੂ, ਮਹਾਂਵੀਰ ਭੁੱਲਰ ਤੇ ਹੋਰ ਵੀ ਕਈ ਕਲਾਕਾਰ ਨਜ਼ਰ ਆਏ ਨੇ। ਗੱਲ ਕਰੀਏ ਮੂਵੀ ਦੀ ਕਹਾਣੀ ਬਾਰੇ, ਤੇ ਕਹਾਣੀ ਬਹੁਤ ਵਧੀਆ ਏ। ਪੰਜਾਬ ਹਰਿਆਣੇ ਤੋਂ ਬਣੀ ਏ, ਜੱਟ ਅਤੇ ਜੱਟਾਂ ਦੀ ਕਹਾਣੀ ਏ ਕਿ ਜੱਟ ਅਤੇ ਜੱਟਾਂ ਦੀ ਕੀ ਕੋਈ ਸੇਮ ਹੈ। ਜਿੱਦਾਂ ਪਹਿਲਵਾਨੀ ਦੀ ਫਿਲਮ ਬਣੀ ਏ ਪਰ ਮੁੰਡਾ ਪਹਿਲਵਾਨੀ ਨਹੀਂ ਕਰਨੀ ਚਾਹੁੰਦਾ, ਉਹ ਕੁਝ ਹੋਰ ਕਰਨਾ ਚਾਹੁੰਦਾ ਏ, ਤੇ ਮੁੰਡਾ ਰੋਮੀਓ ਏ। ਆਏ ਦਿਨ ਹਰ ਇੱਕ ਕੁੜੀ ਦਾ ਨਵਾਂ ਨੰਬਰ ਲੱਭਦਾ ਏ, ਜੋ ਗੱਲ ਨਹੀਂ ਬਣਦੀ। ਫਿਰ ਉਹ ਹਰਿਆਣੇ ਜਾਂਦਾ ਏ ਆਪਣੇ ਦਾਦੇ ਨਾਲ ਪਹਿਲਵਾਨੀ ਉੱਥੇ ਕਰਨ, ਪਰ ਉੱਥੇ ਇੱਕ ਜੱਟਣੀ ਨਾਲ ਪਿਆਰ ਹੁੰਦਾ ਏ, ਕੀ ਕੁਝ ਕਰਦਾ ਏ ਉਹਦੇ ਵਾਸਤੇ। ਫਿਲਮ ਬਹੁਤ ਵਧੀਆ ਏ, ਮੈਂ ਦੇਖ ਚੁੱਕਾ ਵਾਂ। ਜੇ ਗੱਲ ਕਰੀਏ ਇਸ ਮੂਵੀ ਦੀ OTT ਬਾਰੇ, ਇਸ ਮੂਵੀ ਨੂੰ ਜੀ ਸਟੂਡੀਓ ਨੇ ਪ੍ਰੋਡਿਊਸ ਕੀਤਾ ਏ, ਅਤੇ ਇਸ ਮੂਵੀ ਦੇ ਰਾਈਟ ਵੀ ਜੀ ਵਾਲਿਆਂ ਕੋਲ ਆ। ਪਹਿਲਾਂ ਖਬਰ ਸੀ ਕਿ ਉਹਨਾਂ ਨੇ ਚੌਪਾਲ ਵਾਲਿਆਂ ਨੂੰ ਸੇਲ ਕਰਤੇ ਆ, ਪਰ ਨਹੀਂ, ਇਸ ਦੇ ਰਾਈਟ ਜੀ ਵਾਲਿਆਂ ਦੇ ਕੋਲ ਹੀ ਆ। ਇਹ ਮੂਵੀ ਸਾਨੂੰ G5 'ਤੇ ਹੀ ਦੇਖਣ ਮਿਲੂਗੀ। ਜੇ ਗੱਲ ਕਰੀਏ ਇਸ ਮੂਵੀ ਦੀ OTT ਰਿਲੀਜ਼ ਬਾਰੇ, ਤਾਂ ਇਹ ਮੂਵੀ ਸਾਨੂੰ ਅਗਸਤ ਦੇ ਦੂਜੇ ਜਾਂ ਤੀਜੇ ਹਫ਼ਤੇ ਵਿੱਚ ਪੱਕਾ ਹੀ ਦੇਖਣ ਮਿਲ ਜੂਗੀ। ਜੇ ਤੁਸੀਂ ਦੇਖਣਾ ਚਾਹੁੰਦੇ ਜੇ, ਜਾਂ ਇਸ ਨੂੰ ਸਿਨੇਮਾ ਘਰਾਂ ਦੇਖ ਲਓ, ਜਾਂ ਸਾਡੇ ਟੈਲੀਗ੍ਰਾਮ ਚੈਨਲ ਤੋਂ ਜਾ ਕੇ ਇਹ ਮੂਵੀ ਤੁਸੀਂ ਦੇਖ ਸਕਦੇ ਜੇ। ਫਿਲਮ ਬਹੁਤ ਵਧੀਆ ਹੈ, ਕੁਆਲਿਟੀ ਵੀ ਠੀਕ ਠਾਕ ਵਾ, ਅਤੇ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਅੱਗੇ ਜੋ ਵੀ ਅਪਡੇਟ ਆਏਗੀ ਅਸੀਂ ਤੁਹਾਨੂੰ ਅਪਡੇਟ ਕਰ ਦਾਂਗੇ। ਧੰਨਵਾਦ।